ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ ਸੰਵਿਧਾਨ ਦਾ ਨਿਰਮਾਣ ਦਾ ਮੇਕਿੰਗ ਆਫ ਦਾ ਕਨਸਟੀਟਿਊਸ਼ਨ ਸੰਵਿਧਾਨ ਦਾ ਨਿਰਮਾਣ ਅਧਿਆਇ 2 ਵੀ ਹੁਣ ਸਾਡੇ ਜਿਹੜਾ ਅਸੀਂ ਸੰਵਿਧਾਨ ਸਾਡੇ ਕੋਲ ਅੱਜ ਇਹ ਕਿਸ ਤਰ੍ਹਾਂ ਇਹਦਾ ਨਿਰਮਾਣ ਹੋਇਆ ਸ਼ੁਰੂਆਤ ਕਦੋਂ ਹੋਈ ਕਿਨ ਪਹਿਲੀ ਵਾਰ ਕਿਹਾ ਕਿ ਸਾਡੇ ਕੋਲ ਸੰਵਿਧਾਨ ਹੋਣਾ ਚਾਹੀਦਾ ਹੈ ਇਸ ਲਈ ਇੱਕ ਅਸੈਂਬਲੀ ਹੋਣੀ ਚਾਹੀਦੀ ਹੈ ਭਾਰਤ ਲਈ ਸੰਵਿਧਾਨ ਸਭਾ ਦਾ ਵਿਚਾਰ ਪਹਿਲੀ ਵਾਰ ਐਮ ਐਨ ਰੌਏ ਦੁਆਰਾ 1934 ਵਿੱਚ ਪੇਸ਼ ਕੀਤਾ ਗਿਆ ਸੀ ਇਹ ਬੜਾ ਇੰਪੋਰਟੈਂਟ ਪ੍ਰਸ਼ਨ ਹੈ ਕਿਨ ਵਿਚਾਰ ਪੇਸ਼ ਕੀਤਾ ਐਮ ਐਨ ਰాయ ਕਦੋਂ 1934 ਪਹਿਲਾਂ ਇਹਨਾਂ ਕਿਹਾ ਕਿ ਹਾਂ ਵੀ ਸਾਡੇ ਕੋਲ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਆ ਐਮ ਐਨ ਰాయ ਭਾਰਤ ਵਿੱਚ ਕਮਿਊਨਿਸਟ ਲਹਿਰ ਦੀ ਇੱਕ ਮੋਹਰੀ ਹਸਤੀ ਸੀ ਇਹ ਬਹੁਤ ਇੰਪੋਰਟੈਂਟ ਪਰਸਨੈਲਿਟੀ ਸੀ ਇਨ ਟਰਮਸ ਆਫ ਕਮਿਊਨਿਟ ਮੂਵ ਕਮਿਊਨਿਸਟ ਮੂਵਮੈਂਟ ਇਨ ਇੰਡੀਆ ਇਹਦੇ ਹੀ ਨੇਤৃত্ব ਵਿੱਚ ਨਾ ਤਾਸ਼ਕੰਦ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਨਿਰਮਾਣ ਹੋਇਆ ਸੀ ਇਹ ਕੱਟੜਪੰਥੀ ਜਮਹੂਰੀਅਤ ਮਤਲਬ ਰੈਡੀਕਲ ਡੈਮੋਕ੍ਰੇਸੀ ਦਾ ਪੱਖਧਰ ਸੀ ਇਹ ਕਹਿੰਦਾ ਸੀ ਕਿ ਹਾਂ ਵੀ ਡੈਮੋਕ੍ਰੇਸੀ ਹੋਣੀ ਚਾਹੀਦੀ ਆ ਪੂਰੇ ਪੱਕੇ ਤਰੀਕੇ ਨਾਲ ਪਹਿਲੀ ਵਾਰ ਸੰਵਿਧਾਨ ਸਭਾ ਦਾ ਵਿਚਾਰ ਕਹਿੰ ਦਿੱਤਾ ਐਮ ਐਨ ਰੌਏ ਨੇ ਕਦੋਂ 1934 ਵਿੱਚ ਉਸ ਤੋਂ 1 ਸਾਲ ਬਾਅਦ 1935 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਉਸ ਪਹਿਲੇ ਇੰਡੀਅਨ ਨੈਸ਼ਨਲ ਕਾਂਗਰਸ ਸੀ ਕੀ ਜਿਹਨੂੰ ਅੱਜ ਅਸੀਂ ਕਾਂਗਰਸ ਕਹਿੰਦੇ ਆ ਹਨਾ ਹੁਣ ਵੀ ਇੰਡੀਅਨ ਨੈਸ਼ਨਲ ਕਾਂਗਰਸ ਹੀ ਕਹਿੰਦੇ ਆ 1885 ਵਿੱਚ ਇਹਦਾ ਹੋਇਆ ਸੀ ਨਿਰਮਾਣ ਤਾਂ ਫਿਰ 1 ਸਾਲ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੇ ਵੀ ਪਹਿਲੀ ਵਾਰ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਇੱਕ ਸੰਵਿਧਾਨ ਸਭਾ ਦੀ ਅਧਿਕਾਰਤ ਮੰਗ ਕੀਤੀ ਇਹਨਾਂ ਨੇ ਹੁਣ ਅਗਲੇ ਸਾਲ ਹੀ ਆਫੀਸ਼ੀਅਲ ਡਿਮਾਂਡ ਕਰਤੀ ਆਫੀਸ਼ੀਅਲ ਡਿਮਾਂਡ ਕਰਤੀ ਸਰਕਾਰ ਨੂੰ ਵੀ ਸਾਡੀ ਇੱਕ ਸੰਵਿਧਾਨ ਸਭਾ ਬਣਾਓ ਤਾਂ ਕਿ ਅਸੀਂ ਆਪਣਾ ਸੰਵਿਧਾਨ ਬਣਾਈਏ ਤਾਂ ਪਹਿਲੀ ਵਾਰ ਮੰਗ ਕਾਂਗਰਸ ਨੇ ਨਹੀਂ ਕੀਤੀ ਪਹਿਲਾ ਮੰਗ ਕੀਤੀ ਐਮ ਐਨ ਰੌਏ ਨੇ ਉਤੋਂ ਅਗਲੇ ਹੀ ਸਾਲ ਕਾਂਗਰਸ ਨੇ ਮੰਗ ਕਰ ਲਈ ਅੰਤ ਵਿੱਚ ਬ੍ਰਿਟਿਸ਼ ਸਰਕਾਰ ਨੇ 1940 ਦੀ 1940 ਦੀ ਅਗਸਤ ਪੇਸ਼ਕਸ਼ ਜਿਹਨੂੰ ਕਹਿੰਦੇ ਅਗਸਤ ਆਫਰ ਆਪ ਤੁਸੀਂ ਹਿਸਟਰੀ ਵਿੱਚ ਪੜਿਆ ਹੋਵੇਗਾ ਕਿ ਜਦੋਂ ਵਰਲਡ ਵਾਰ 2 ਲੱਗੀ ਸੀ ਤਾਂ ਉਸ ਵਿੱਚ ਉਸ ਦੌਰਾਨ ਭਾਰਤੀਆਂ ਦੇ ਸਹਿਯੋਗ ਲਈ ਬ੍ਰਿਟਿਸ਼ ਸਰਕਾਰ ਬਾਰ ਬਾਰ ਕੁਛ ਨਾ ਕੁਛ ਪੇਸ਼ਕਸ਼ ਕਰ ਰਹੀ ਸੀ ਭਾਰਤ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਕਦੀ ਅਗਸਤ ਆਫਰ ਫਿਰ ਕਦੀ ਕ੍ਰਿਪਸ ਮਿਸ਼ਨ ਪਲਾਨ ਕਦੀ ਕੈਬਨਿਟ ਮਿਸ਼ਨ ਪਲਾਨ ਇਸ ਤਰ੍ਹਾਂ ਪਲਾਨ ਇਸ ਤਰ੍ਹਾਂ ਬਾਰ ਬਾਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਭਾਰਤ ਦੇ ਨੁਮਾਇੰਦਿਆਂ ਦੇ ਨਾਲ ਤਾਂ ਪਹਿਲੀ ਵਾਰ ਅਗਸਤ ਆਫਰ ਵਿੱਚ 1940 ਵਿੱਚ ਇਨ ਪ੍ਰਿੰਸੀਪਲ ਸਿਧਾਂਤਿਕ ਰੂਪ ਵਿੱਚ ਇਨ ਪ੍ਰਿੰਸੀਪਲ ਇਸ ਮੰਗ ਨੂੰ ਸਵੀਕਾਰ ਕਰ ਲਿਆ ਸੀ ਸਰਕਾਰ ਨੇ ਤਾਂ ਕੁਐਸਚਨ ਆ ਸਕਦਾ ਹੈ ਕਿ ਸਾਡੇ ਇਹ ਮੰਗ ਕਿ ਸਾਡੀ ਇੱਕ ਆਪਣੇ ਕੰਸਟੀਟਿਊਟ ਅਸੈਂਬਲੀ ਹੋਣੀ ਚਾਹੀਦੀ ਆ ਸੰਵਿਧਾਨ ਨਿਰਮਾਣ ਕਰਨ ਦੀ ਇੱਕ ਸਭਾ ਹੋਣੀ ਚਾਹੀਦੀ ਆ ਇਹ ਮੰਗ ਅੰਗਰੇਜ਼ਾਂ ਨੇ ਪਹਿਲੀ ਵਾਰ ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਕਦੋਂ ਇਨ ਪ੍ਰਿੰਸੀਪਲ ਮੰਨ ਲਈ 1940 ਦੀ ਅਗਸਤ ਪੇਸ਼ਕਸ਼ ਅਗਸਤ ਆਫਰ ਵਿੱਚ 1942 ਵਿੱਚ ਸਰ ਸਟੈਫੋਰਡ ਕ੍ਰਿਪਸ ਜੋ ਕਿ ਕੈਬਨਿਟ ਦੇ ਮੈਂਬਰ ਸਨ ਸੰਵਿਧਾਨ ਬਣਾਉਣ ਲਈ ਇੱਕ ਡਰਾਫਟ ਪ੍ਰਸਤਾਵ ਲੈ ਕੇ ਆਇਆ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਪਣਾਇਆ ਜਾਣਾ ਸੀ ਹੁਣ ਬ੍ਰਿਟਿਸ਼ ਨੇ ਬਾਅਦ ਵਿੱਚ 1942 ਵਿੱਚ ਇੱਕ ਕ੍ਰਿਪਸ ਮਿਸ਼ਨ ਭੇਜਿਆ ਜਿਹਦੇ ਹੈੱਡਕォਨ ਸੀ ਸਰ ਸਟੈਫੋਰਡ ਕ੍ਰਿਪਸ ਤੇ ਇਸ ਕ੍ਰਿਪਸ ਮਿਸ਼ਨ ਨੇ ਇੱਕ ਡਰਾਫਟ ਇੱਕ ਮਸੌਦਾ ਲੈ ਕੇ ਆਏ ਪ੍ਰਪੋਜ਼ਲ ਲੈ ਕੇ ਆਏ ਬੇਸਿਕ ਪ੍ਰਪੋਜ਼ਲ ਦਾ ਮਸੌਦਾ ਲੈ ਕੇ ਆਏ ਕਿ ਹਾਂ ਵੀ ਬਿਸ਼ਪ ਯੁੱਧ ਜਿਹੜਾ ਦੂਸਰਾ ਬਿਸ਼ਪ ਯੁੱਧ ਚੱਲ ਰਿਹਾ ਸੀ ਇਸ ਤੋਂ ਬਾਅਦ ਅਸੀਂ ਤੁਹਾਡੇ ਲਈ ਸਰਦਾਨ ਜ਼ਵਾਬ ਬਣਾਵਾਂਗੇ ਜਿਹਦਾ ਤਾਲਾ ਪਾਉਣਾ ਮਾਣਾ ਇਸ ਤਰ੍ਹਾਂ ਹੋਏਗਾ 1942 ਵਿੱਚ ਸਟੈਫਰਡ ਕ੍ਰਿਪਸ ਨੇ ਵੀ ਗੱਲ ਕੀਤੀ ਉਹ ਪ੍ਰਸਤਾਵ ਲੈ ਕੇ ਆਏ ਠੀਕ ਹੈ ਪਰ ਮੁਸਲਿਮ ਲੀਗ ਦੁਆਰਾ ਕ੍ਰਿਪਸ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ ਮੁਸਲਿਮ ਲੀਗ ਨਹੀਂ ਮੰਨੀ ਤੇ ਗੱਲ ਅੱਗੇ ਨਹੀਂ ਚੱਲ ਸਕੀ ਮੁਸਲਿਮ ਲੀਗ ਭਾਰਤ ਨੂੰ ਦੋ ਖੁਦਮੁਖਤਿਆਰ ਆਟੋਨੋਮਸ ਰਾਜਾਂ ਵਿੱਚ ਬਣਨਾ ਚਾਹੁੰਦੀ ਸੀ ਇਹਦੀ ਇਹ ਮੰਗ ਸੀ ਕਿ ਦੇਖੋ ਜੀ ਕਨਸਟੀਟਿਊਐਂਟ ਅਸੈਂਬਲੀ ਇੱਕ ਦੇਸ਼ ਦੀ ਨਾ ਹੋਵੇ ਤੁਸੀਂ ਪਹਿਲਾਂ ਹੀ ਦੋ ਆਟੋਨੋਮਸ ਖੁਦਮੁਖਤਿਆਰ ਰਾਜ ਸਟੇਟ ਵਿੱਚ ਇੰਡੀਆ ਨੂੰ ਡਿਵਾਈਡ ਕਰ ਦੋ ਇੱਕ ਹੋਵੇ ਪਾਕਿਸਤਾਨ ਇੱਕ ਹੋਵੇ ਜਿਹੜਾ ਹੁਣ ਇੰਡੀਆ ਆ ਇਹਨਾਂ ਦੀ ਡਿਮਾਂਡ ਸੀ ਕਿ ਪਾਕਿਸਤਾਨ ਲਈ ਅਲੱਗ ਤੋਂ ਸੰਵਿਧਾਨ ਸਭਾ ਹੋਵੇ ਦੋ ਸਵਿਧਾਨ ਸਭਾਾਂ ਵਿੱਚ ਬੱਕਰੀਆਂ ਬੱਕਰੀਆਂ ਬਣਾਈਆਂ ਜਾਣ ਇਹ ਮੁਸਲਿਮ ਲੀਗ ਦੀ ਡਿਮਾਂਡ ਸੀ ਉਸ ਤੋਂ ਬਾਅਦ ਅੰਤ ਵਿੱਚ ਇੱਕ ਕੈਬਨਟ ਮਿਸ਼ਨ ਭਾਰਤ ਭੇਜਿਆ ਗਿਆ ਕੈਬਨਟ ਮਿਸ਼ਨ ਨੇ ਦੋ ਸੰਵਿਧਾਨ ਸਵਾਵਾਂ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਪਰ ਇਸ ਨੇ ਸੰਵਿਧਾਨ ਸਭਾ ਲਈ ਇੱਕ ਸਕੀਮ ਪੇਸ਼ ਕੀਤੀ ਜਿਸ ਨੂੰ ਹਨਾ ਮੁਸਲਿਮ ਲੀਗ ਨੇ ਅਸੈਪਟ ਕਰ ਲਿਆ ਜਾਂ ਅਸੀਂ ਇਸ ਤਰ੍ਹਾਂ ਕਹੀਏ ਜਿਸ ਨੇ ਮੁਸਲਿਮ ਲੀਗ ਨੂੰ ਥੋੜਾ ਬਹੁਤ ਸੰਤੁਸ਼ਟ ਕਰ ਹੀ ਦਿੱਤਾ ਸੀ ਮੁਸਲਿਮ ਲੀਗ ਮੰਦੀ ਨਹੀਂ ਪਈ ਸੀ ਤਾਂ ਫਿਰ ਐਂਡ ਵਿੱਚ ਕੈਬਨਿਟ ਮਿਸ਼ਨ ਜਦੋਂ ਆਇਆ ਉਹਦੇ ਵਿੱਚ ਜੋ ਵਿਚਾਰ ਸੀ ਉਹਦੇ ਹਿਸਾਬ ਨਾਲ ਮੁਸਲਿਮ ਲੀਗ ਸੰਤੁਸ਼ਟ ਹੋ ਗਈ ਹਾਲਾਂਕਿ ਉਹਦੇ ਵਿੱਚ ਵੀ ਇਹ ਗੱਲ ਨਹੀਂ ਕੀਤੀ ਕਿ ਦੋ ਸੰਵਿਧਾਨ ਸਭਾਵਾਂ ਬਣੀਆਂ ਜਾਣਗੀਆਂ ਕੈਬਨਿਟ ਮਿਸ਼ਨ ਨੇ ਵੀ ਦੋ ਸੰਵਿਧਾਨ ਸਭਾਵਾਂ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਸੀ ਪਰ ਜੋ ਕੁਝ ਸੀਗਾ ਉਸ ਹਿਸਾਬ ਨਾਲ ਮੁਸਲਿਮ ਲੀਗ ਕਾਫੀ ਸਹਿਮਤ ਹੋ ਗਈ ਦੇਖੋ ਜੀ ਮੈਂ ਇਥੇ ਹਿਸਟਰੀ ਬਚਨੀ ਜਾ ਰਿਹਾ ਹਿਸਟਰੀ ਵਿੱਚ ਤੁਸੀਂ ਅਲੱਗ ਤੋਂ ਪੜ੍ਹਨਾ ਆ ਇਥੇ ਆਪਾਂ ਸਿਰਫ ਮੀਨ ਮੀਨ ਸੰਵਿਧਾਨ ਦੇ ਟੌਪਿਕ ਤੇ ਗੱਲ ਕਰਨੀ ਆ ਤੇ ਤੁਹਾਨੂੰ ਪੁੱਛਣਾ ਆ ਸਕਦਾ ਕਿ ਸਾਡਾ ਜਿਹੜਾ ਅੱਜ ਦਾ ਮੌਜੂਦਾ ਸੰਵਿਧਾਨ ਆ ਜਾਂ ਕੰਸਟੀਟਿਊਟ ਅਸੈਂਬਲੀ ਆ ਜਿਹੜੀ ਹਨਾ ਉਹ ਕਿਸ ਮਿਸ਼ਨ ਦੇ ਬੇਸ ਤੇ ਬਣੀ ਸੀ ਅਗਸਤ ਆਫਰ ਦੇ ਬੇਸ ਤੇ ਬਣੀ ਸੀ ਕ੍ਰਿਪਸ ਮਿਸ਼ਨ ਦੇ ਬੇਸ ਤੇ ਬਣੀ ਸੀ ਬੇਵਲ ਪਲਾਨ ਦੇ ਬੇਸ ਤੇ ਬਣੀ ਸੀ ਜਾਂ ਕੈਬਨਿਟ ਮਿਸ਼ਨ ਪਲਾਨ ਦੇ ਬੇਸ ਤੇ ਬਣੀ ਸੀ ਯਾਦ ਰੱਖਿਓ ਉਹ ਕੈਬਨਿਟ ਮਿਸ਼ਨ ਪਲਾਨ ਦੇ ਬੇਸ ਤੇ ਬਣੀ ਸੀ ਠੀਕ ਕੈਬਨਿਟ ਮਿਸ਼ਨ ਠੀਕ ਹੈ ਜੀ ਹòn ਗੱਲ ਆਂਦੀ ਆ ਕਿ ਜਿਹੜੀ ਸਾਡੀ ਸੰਵਿਧਾਨ ਸਭਾ ਬਣੀ ਬਾਦ ਵਿੱਚ ਉਹਦੀ ਕੰਪੋਜੀਸ਼ਨ ਕੀ ਸੀ ਉਹਦੀ ਰਚਨਾ ਕਿਸ ਤਰ੍ਹਾਂ ਦੀ ਸੀ ਉਹਦੇ ਵਿੱਚ ਕਿਸ ਤਰ੍ਹਾਂ ਬੰਦੇ ਚੁਣੇ ਗਏ ਪੜ੍ਹਦੇ ਆਂ ਜੀ ਕੈਬਨਟ ਮਿਸ਼ਨ ਯੋਜਨਾ ਦੇ ਤਹਿਤ ਦੇਖਿਆ ਸੰਵਿਧਾਨ ਸਭਾ ਦਾ ਗਠਨ ਨਵੰਬਰ 1946 ਵਿੱਚ ਕੀਤਾ ਗਿਆ ਸੀ ਸੰਵਿਧਾਨ ਸਭਾ ਕਦੋਂ ਬਣੀ ਨਵੰਬਰ 1946 ਵਿੱਚ 1946 ਦੇ ਅਖੀਰ ਵਿੱਚ ਇੰਪੋਰਟੈਂਟ ਪੁਆਇੰਟ ਆ ਤੇ ਕਿਸ ਯੋਜਨਾ ਦੇ ਤਹਿਤ ਬਣੀ ਸੀ ਇੱਕ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਬਣੀ ਸੀ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਬਣੀ ਸੀ ਬਹੁਤ ਇੰਪੋਰਟੈਂਟ ਪ੍ਰਸ਼ਨ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਦਿੱਤੀਆਂ ਗਈਆਂ ਹਨ ਉਹ ਕੀ ਕੀ ਸੀਗੀਆਂ ਇਸ ਸਕੀਮ ਵਿੱਚ ਠੀਕ ਹੈ ਕੈਬਨਿਟ ਮਿਸ਼ਨ ਨੇ ਕੀ ਕੀ ਗੱਲਾਂ ਕਹੀਆਂ ਸੀ ਵੀ ਕਿਸ ਤਰ੍ਹਾਂ ਦੀ ਸੰਵਿਧਾਨ ਸਭਾ ਬਣਨੀ ਆ ਉਹ ਕਹਿੰਦਾ ਕਿ ਸੱਤ ਸੰਵਿਧਾਨ ਸਭਾ ਦੀ ਕੁੱਲ ਗਿਣਤੀ 399 ਹੋਣੀ ਸੀ ਠੀਕ 400 ਤੋਂ ਥੋੜੀ ਘੱਟ ਇਹਨਾਂ ਵਿੱਚੋਂ 296 ਸੀਟਾਂ ਬ੍ਰਿਟਿਸ਼ ਭਾਰਤ ਨੂੰ ਅਤੇ 93 ਸੀਟਾਂ ਸੌਰੀ 296 ਸੀਟਾਂ ਬ੍ਰਿਟਿਸ਼ ਭਾਰਤ ਨੂੰ ਠੀਕ ਆ ਅਤੇ 93 ਸੀਟਾਂ ਰਾਜੇ ਮਹਾਰਾਜਿਆਂ ਵਾਲੀਆਂ ਰਿਆਸਤਾਂ ਨੂੰ ਦਿੱਤੀਆਂ ਜਾਣੀਆਂ ਸਨ ਇਹਨਾਂ ਨੇ ਕੀ ਕੀਤਾ ਕਹਿੰਦੇ ਦੇਖੋ ਜੀ ਤੁਹਾਡੇ ਨਾਲ ਇੱਕ ਅਸੈਂਬਲੀ ਬਣੇਗੀ ਸਭਦਾਨ ਸਭਾ ਬਣੇਗੀ ਉਹਦੇ ਵਿੱਚ 389 ਸੀਟਾਂ ਹੋਣਗੀਆਂ ਤੁਸੀਂ ਅਪ੍ਰੋਕਸੀਮੇਟਲੀ ਯਾਦ ਰੱਖਣਾ 400 ਦੇ ਕਰੀਬ ਠੀਕ ਤੁਹਾਨੂੰ ਸੀਟਾਂ ਨਹੀਂ ਪੁੱਛੀਆਂ ਜਾਣੀਆਂ ਕਿੰਨੀਆਂ ਹੋਣੀਆਂ ਸੀ ਤਾਨੂੰ ਇਹ ਪੁੱਛਿਆ ਜਾਣਾ ਕਿ ਸੀਟਾਂ ਵਿੱਚ ਜ਼ਿਆਦਾ ਸੀਟਾਂ ਬ੍ਰਿਟਿਸ਼ ਦੀਆਂ ਸੀ ਭਾਰਤ ਦੀਆਂ ਸੀਗੀਆਂ ਜਾਂ ਜ਼ਿਆਦਾ ਰਿਆਸਤਾਂ ਦੇ ਸੀਗੀਆਂ ਆ ਤੁਸੀਂ ਦੇਖ ਲਓ ਇਹ 400 ਦੇ ਕਰੀਬ ਟੋਟਲ ਸੀਟਾਂ ਆ ਉਹਦੇ ਵਿੱਚ 300 ਦੇ ਕਰੀਬ ਬ੍ਰਿਟਿਸ਼ ਭਾਰਤ ਦੀਆਂ ਸੀਟਾਂ ਆ ਤਾਂ 100 ਦੇ ਕਰੀਬ ਹੀ ਰਿਆਸਤਾਂ ਦੀਆਂ ਸੀਟਾਂ ਆ ਹੈਨਾ ਇਹਦਾ ਮਤਲਬ ਰਿਆਸਤਾਂ ਦੀਆਂ ਸੀਟਾਂ 500 ਆਲਮੋਸਟ ਅੱਧੇ ਤੋਂ ਵੀ ਘੱਟ ਠੀਕ ਹੈ ਜੀ ਅਧੀਆਂ ਕਿ ਸੀ ਤੁਹਾਨੂੰ ਪਤਾ ਹੈ ਕਿ ਉਸ ਸਮੇਂ ਭਾਰਤ ਵਿੱਚ ਦੋ ਤਰ੍ਹਾਂ ਦੇ ਸੀਗੇ ਸਟੇਟ ਇੱਕ ਏਰੀਆ ਉਹ ਜਿੱਥੇ ਬ੍ਰਿਟਿਸ਼ ਡਾਇਰੈਕਟ ਰਾਜ ਕਰਦੇ ਸੀ ਇੱਕ ਉਹ ਜਿੱਥੇ रियासतਾਂ ਸੀਗੀਆਂ ਰਾਜੇ-ਰਜਵਾਦੇ ਰਾਜ ਕਰਦੇ ਸੀ ਪਰ ਇਹ ਅੰਡਰ ਕੰਟਰੋਲ ਕਿੰਨਾ ਦੇ ਸੀ ਬ੍ਰਿਟਿਸ਼ ਦੇ ਹੀ ਸੀ ਠੀਕ ਹੈ रियासतਾਂ ਸੀਗੀਆਂ ਤੇ ਬ੍ਰਿਟਿਸ਼ ਪਾਰਟ ਸੀ ਠੀਕ ਹੈ ਜੀ ਹਰੇਕ ਸੂਬੇ ਅਤੇ रियासतਾਂ ਜੇ ਤਾਂ रियासत ਛੋਟੀ ਆ ਤਾਂ ਛੋਟੇ ਰਾਜਾ ਦੇ ਮਾਮਲੇ ਵਿੱਚ ਰਾਜਾਂ ਦੇ ਸਮੂਹ ਜਿਦਾ ਮੰਨ ਲਓ ਕਿ ਇੱਕ ਇੱਕ रियासत ਬਹੁਤ ਛੋਟੀ ਆ ਹੁਣ ਉਹ ਛੋਟੀ ریاستਾਂ ਉਹ ریاست ਦੇ ਵਿੱਚ ਇੱਕ ਬੰਦਾ ਤਾਂ ਚੁਣਿਆ ਨਹੀਂ ਜਾ ਸਕਦਾ ਉਹਦੀ ਪੋਪੂਲੇਸ਼ਨ ਹੀ ਬਹੁਤ ਘੱਟ ਆ ਫਿਰ ਦੋ ਤਿੰਨ ریاستਾਂ ਨੂੰ ਮਿਲਾ ਦਿੱਤਾ ਜਾਂਦਾ ਸੀ ਹਾਂ ਵੀ ਆ ਦੋ ਤਿੰਨ ریاستਾਂ ਆ ਇਹ ਮਿਲਾ ਕੇ ਇੱਕ ਇੱਕ ਬੰਦਾ ਭੇਜ ਦੋ ਹਰੇਕ ਸੂਬੇ ਪ੍ਰੋਵਿੰਸ ਮਤਲਬ ਜਿੱਥੇ ਬ੍ਰਿਟਿਸ਼ ਸਰਕਾਰ ਦਾ ਡਾਇਰੈਕਟ ਰਾਜ ਸੀ ਅਤੇ ریاستਾਂ ਜਾਂ ਛੋਟੇ ਰਾਜਾਂ ਦੇ ਮਾਮਲੇ ਵਿੱਚ ਰਾਜਾਂ ਦੇ ਸਮੂਹ ریاستਾਂ ਦੇ ਸਮੂਹ ਨੂੰ ਉਹਨਾਂ ਦੇ ਸਬੰਧਤ ਆਬਾਦੀ ਦੇ ਅਨੁਪਾਤ ਵਿੱਚ ਸੀਟਾਂ ਅਲਾਟ ਕੀਤੀਆਂ ਜਾਣੀਆਂ ਸਨ ਹੁਣ ਇਹ ਵੀ ਪੁਆਇੰਟ ਪ੍ਰੋਪੋਰਸ਼ਨਲ ਟੋਕਵਾ ਕੀ ਸੀਟਾਂ ਕਿਸ ਤਰ੍ਹਾਂ ਅਲਾਟ ਕੀਤੀਆਂ ਗਈਆਂ ਤਾਂ ਆਨਸਰ ਹੈ ਜੀ ਆਬਾਦੀ ਦਾ ਅਨੁਪਾਤ ਇਨ ਪ੍ਰੋਪੋਰਸ਼ਨਲ ਟੂ देयर ਪੋਪੂਲੇਸ਼ਨ ਜਿਸ ਵਿਆਸਤ ਦੀ ਜਿਸ ਸਟੇਟ ਦੀ ਪੋਪੂਲੇਸ਼ਨ ਜ਼ਿਆਦਾ ਆ ਉਹਨੂੰ ਜ਼ਿਆਦਾ ਸੀਟਾਂ ਮਿਲੀਆਂ ਮੋٹے ਤੌਰ ਤੇ ਹਰ ਮਿਲੀਅਨ ਆਬਾਦੀ ਲਈ ਇੱਕ ਸੀਟ ਅਲਾਟ ਕੀਤੀ ਜਾਣੀ ਸੀ ਹੈਨਾ ਜੇ ਕਿਸੇ ਦੀ 1 ਮਿਲੀਅਨ ਆਬਾਦੀ ਆ ਤਾਂ ਉਹਨੂੰ ਇੱਕ ਸੀਟ ਤਾਂ ਜੇ ਕਿਸੇ ਦੀ 2 ਮਿਲੀਅਨ ਆਬਾਦੀ ਆ ਤਕਰੀਬਨ ਤਾਂ ਉਹਨੂੰ ਦੋ ਸੀਟਾਂ ਵੀ ਤੁਸੀਂ ਦੋ ਬੰਦੇ ਚੁਣ ਕੇ ਭੇਜੋ ਦੋ ਬੰਦੇ ਸਾਨੂੰ ਦੋ ਹਰੇਕ ਬਰਤਾਨਵੀ ਸੂਬੇ ਨੂੰ ਅਲਾਟ ਕੀਤੀਆਂ ਸੀਟਾਂ ਤਿੰਨ ਪ੍ਰਮੁੱਖ ਭਾਈਚਾਰਿਆਂ ਮੁਸਲਮਾਨ ਸਿੱਖ ਅਤੇ ਜਨਰਲ ਉਹਨਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਤੈਅ ਕੀਤੀਆਂ ਜਾਣੀਆਂ ਸਨ ਹੁਣ ਗੱਲ ਆਉਂਦੀ ਹੈ ਕਿ ਜਿਹੜੇ ਬੰਦੇ ਸੂਬੇ 'ਚੋਂ ਜਿਹੜੇ ਬਰਤਾਨਵੀ ਸੂਬਾ ਸੀ ਜਿੱਥੇ ਬ੍ਰਿਟਿਸ਼ ਡਾਇਰੈਕਟ ਰਾਜ ਕਰਦੇ ਸੀ ਉੱਥੋਂ ਤਿੰਨ ਕੈਟਾਗਰੀ 'ਚ ਉਹਨਾਂ ਦੇ ਨਾਮ ਸੀਟਾਂ ਬਣੀਆਂ ਇੱਕ ਸੀ ਮੁਸਲਮਾਨ ਇੱਕ ਸੀ ਸਿੱਖ ਇੱਕ ਸੀ ਜਨਰਲ ਮਤਲਬ ਮੁਸਲਮਾਨ ਨੂੰ ਸਿਰਫ ਮੁਸਲਮ ਬੋਟ ਦੇ ਕੇ ਚੋਣਨਗੇ ਸਿੱਖ ਨੂੰ ਸਿਰਫ ਸਿੱਖ ਬੋਟ ਦੇ ਕੇ ਚੋਣਨਗੇ ਠੀਕ ਤੇ ਬਾਕੀ ਰਹਿ ਕੇ ਜਨਰਲ ਮਤਲਬ ਮੁਸਲਮਾਨਾ ਅਤੇ ਸਿੱਖਾਂ ਨੂੰ ਛੱਡ ਕੇ ਇਸ ਤਰ੍ਹਾਂ ਸੀਟਾਂ ਦਾ ਡਿਵਾਈਡ ਕੀਤਾ ਡਿਵੀਜ਼ਨ ਕੀਤਾ ਤਿੰਨ ਕੈਟਗਰੀਆਂ ਵਿੱਚ ਮੁਸਲਮਾਨ ਸਿੱਖ ਅਤੇ ਜਨਰਲ ਜਨਰਲ ਮਤਲਬ ਮੁਸਲਮਾਨ ਅਤੇ ਸਿੱਖਾਂ ਨੂੰ ਛੱਡ ਕੇ ਠੀਕ ਹੈ ਜੀ ਹਰੇਕ ਭਾਈਚਾਰੇ ਦੇ ਨੁਮਾਇੰਦਿਆਂ ਦੀ ਚੋਣ ਉਸ ਭਾਈਚਾਰੇ ਦੇ ਮੈਂਬਰਾਂ ਦੁਆਰਾ ਸੁਭਾਈ ਵਿਧਾਨ ਸਭਾ ਵਿੱਚ ਕੀਤੀ ਜਾਣੀ ਸੀ ਹੁਣ ਦੱਸਿਆ ਕਿ ਸਿੱਖ ਮੁਸਲਮ ਅਤੇ ਜਨਰਲ ਹੁਣ ਸਿੱਖਾਂ ਨੂੰ ਕੌਣ ਚੋੜੇਗਾ ਸਿਰਫ ਸਿੱਖ ਠੀਕ ਸੈਪਰੇਟ ਇਲੈਕਟਰੋਟ ਇਹ ਹੀ ਕਹਿੰਦਾ ਪਰ ਕਿਹੜੇ ਸਿੱਖ ਸਾਰੇ ਆਮ ਸਿੱਖ ਨਹੀਂ ਕਿੰਨਾ ਦੁਆਰਾ ਉਸ ਪਾਈਚਾਰੇ ਦੇ ਮੈਂਬਰਾਂ ਦੁਆਰਾ ਸੁਭਾਈ ਵਿਧਾਨ ਸਭਾ ਵਿੱਚ ਕੀਤੀ ਜਾਣੀ ਸੀ ਜਿਹਦੇ ਸਟੇਟ ਲੈਵਲ ਤੇ ਤੁਹਾਡੀਆਂ ਐਮਐਲਏ ਵਗੈਰਾ ਉਸ ਟਾਈਮ ਦੇ ਉਸ ਟਾਈਮ ਦੇ ਐਮਐਲਏ ਵਗੈਰਾ ਚੁਣੇ ਜਾਂਦੇ ਸੀ ਨਾ ਉਹਨਾਂ ਨੇ ਚੋਣ ਕਰਨੀ ਸੀ ਇਹਨਾਂ ਦੀ ਅਤੇ VOTING ਅਨੁਪਾਤਕ ਪ੍ਰਤੀਨਿਧਤਾ ਦੇ ਅੰਗ ਨਾਲ ਸਿੰਗਲ ਤਬਾਦਲਾ ਜੋਗ ਪੋਰਟ ਤੇ ਜਰੀਏ ਹੋਣੀ ਸੀ। ਦਾ VOTING ਕਿਸ ਤਰ੍ਹਾਂ ਹੋਣੀ ਸੀ? ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਬਾਏ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਪੋਰਟ। ਦੇਖੋ ਜੀ ਸਾਡੇ ਨਾਲ ਇਲੈਕਸ਼ਨ ਕਈ ਪ੍ਰਕਾਰ ਦੇ ਹੁੰਦੇ ਵੋਟਾਂ ਦਾ ਦੋ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਇੱਕ ਹੁੰਦੀ ਆ ਜਿਸ ਤਰ੍ਹਾਂ ਡਾਇਰੈਕਟ ਵੋਟ ਪਾਤੀ ਜਿਸ ਤਰ੍ਹਾਂ ਅਸੀਂ ਪਾਉਂਦੇ ਆ ਉਸ ਵੋਟ ਵਿੱਚ ਕੀ ਹੁੰਦਾ ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲ ਗਈਆਂ ਉਹ ਜਿੱਤ ਗਿਆ। ਪਰ ਇੱਕ ਹੁੰਦੀ ਜੀ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਪਰਪੋਰਸ਼ਨਲ ਰਿਪਰਜੈਂਟੇਸ਼ਨ ਦੇ ਵੀ ਅੱਗੇ ਕੈਟਾਗਰੀਆਂ ਹਨ ਉਹਨਾਂ ਵਿੱਚ ਇੱਕ ਕੈਟਾਗਰੀ ਹੁੰਦੀ ਹੈ ਜੀ ਸਿੰਗਲ ਟ੍ਰਾਂਸਫਰੇਬਲ ਵੋਟ ਇਹ ਤੁਸੀਂ ਨਾ YouTube ਤੇ ਸਮਝਿਓ ਤੁਹਾਨੂੰ ਮੈਂ ਮੋਟਾ-ਮੋਟਾ ਦੱਸ ਦਿੰਦਾ ਕਿ ਤੁਹਾਨੂੰ ਜਿਸ ਤਰ੍ਹਾਂ ਨਾ ਇੱਕ ਕੈਂਡੀਡੇਟ ਚੁਣਨ ਦੀ ਬਜਾਏ ਤੁਹਾਨੂੰ ਲਿਸਟ ਦਿੱਤੀ ਜਾਂਦੀ ਆ ਮੰਨ ਲਓ ਪੰਜ ਕੈਂਡੀਡੇਟ ਦੀ ਤੁਹਾਨੂੰ ਲਿਸਟ ਦੇਤੀ ਤੁਸੀਂ ਉਹਨਾਂ ਦੇ ਅੱਗੇ ਪ੍ਰੀਫਰੈਂਸ ਲਿਖਣੀ ਹੁੰਦੀ ਆ ਪ੍ਰੀਫਰੈਂਸ ਮੇਰੀ ਪਹਿਲੀ ਪ੍ਰੀਫਰੈਂਸ ਆ ਜਾਂ ਦੂਸਰੀ ਪ੍ਰੀਫਰੈਂਸ ਆ ਜਾਂ ਤੀਸਰੀ ਪ੍ਰੀਫਰੈਂਸ ਆ ਜਾਂ ਚੌਥੀ ਆ ਜਾਂ ਪੰਜਵੀਂ ਆਇਆ ਫਿਰ ਪ੍ਰੀਫਰੈਂਸ ਦੇ ਹਿਸਾਬ ਨਾਲ ਵੋਟਾਂ ਗਿਣੀਆਂ ਜਾਂਦੀਆਂ ਆ ਤੇ ਉਹ ਉਹ ਜਿੱਤਣ ਵਾਲੇ ਕੈਂਡੀਡੇਟ ਦਾ ਕੋਟਾ ਤੈ ਹੁੰਦਾ ਜੇ ਤਾਂ ਉਹਨੇ ਕੋਟਾ ਉਹਨੂੰ ਮਿਲ ਗਈਆਂ ਉਹਨੇ ਕੋਟੇ ਦੀ ਵੋਟ ਉਹਨੂੰ ਮਿਲ ਗਈ ਤਾਂ ਉਹ ਕੀ ਆ ਸਿਲੈਕਟ ਹੋ ਗਿਆ ਜੇ ਨਹੀਂ ਮਿਲੀ ਨਾ ਤਾਂ ਪਹਿਲੇ ਗੇਂਡ ਕੀ ਤੋਂ ਬਾਅਦ ਜਿਹਨੂੰ ਸਭ ਤੋਂ ਘੱਟ ਪ੍ਰੈਫਰੈਂਸ ਮਿਲੀ ਨਾ ਉਹਨੂੰ ਹਟਾ ਦਿੱਤਾ ਜਾਂਦਾ ਸੀ ਠੀਕ ਤੇ ਉਹਦੀ ਜਿਹੜੀ ਸੈਕੰਡ ਨੰਬਰ ਵਾਲੀ ਪ੍ਰੈਫਰੈਂਸ ਆ ਉਹ ਫਿਰ ਦੂਸਰੇ ਵਿੱਚ ਐਡ ਹੋ ਜਾਂਦੀ ਸੀ ਹੋ ਸਕਦਾ ਮੈਂ ਬੋਲਦਾ ਪਿਆ ਤੁਹਾਨੂੰ ਨਾ ਸਮਝ ਲੱਗੇ ਹਾਲਾਂਕਿ ਇਗਜ਼ਾਮ 'ਚ ਪੁੱਛਿਆ ਵੀ ਨਹੀਂ ਜਾਣਾ ਤੁਸੀਂ ਵੈਸੇ ਯਾਦ ਰੱਖ ਲਿਓ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਬਾਏ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਵੋਟ ਸਿੰਗਲ ਟ੍ਰਾਂਸਫਰੇਬਲ ਵੋਟ ਕੀ ਹੁੰਦੀ ਹੈ ਇਹ ਤੁਸੀਂ YouTube ਤੋਂ ਖੁਦ ਸਮਝਣ ਦੀ ਕੋਸ਼ਿਸ਼ ਕਰ ਨਹੀਂ ਜੇ ਤੁਹਾਨੂੰ ਇੰਟਰਸਟ ਹੈ ਤੇ ਇਹਨਾਂ ਯਾਦ ਰੱਖਣਾ ਕਿ ਪ੍ਰੋਪੋਰਸ਼ਨਲ ਰਿਪਰਿਜ਼ੈਂਟੇਸ਼ਨ ਸੀ ਹੁਣ ਇਹ ਗੱਲ ਬਾਰ ਬਾਰ ਆਏਗੀ ਅਸੀਂ ਅੱਗੇ ਪੋਲੀਟੀ ਪੜ੍ਹਾਂਗੇ ਪ੍ਰੋਪੋਰਸ਼ਨਲ ਰਿਪਰਿਜ਼ੈਂਟੇਸ਼ਨ ਬਾਏ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਵੋਟ ਬਾਰ ਬਾਰ ਆਏਗੀ ਤੁਸੀਂ ਇਹਨਾਂ ਯਾਦ ਰੱਖ ਲਓ ਵੀ ਇਹ ਵੀ ਇੱਕ ਵੋਟ ਦੇਣ ਦਾ ਤਰੀਕਾ ਹੁੰਦਾ ਆ ਜਿਹਦੇ ਵਿੱਚ ਪ੍ਰੋਪੋਰਸ਼ਨ ਦੇ ਹਿਸਾਬ ਨਾਲ ਬੰਦੇ ਚੁਣੇ ਜਾਂਦੇ ਆ ਅਨੁਪਾਤ ਦੇ ਹਿਸਾਬ ਨਾਲ ਬੰਦੇ ਚੁਣੇ ਜਾਂਦੇ ਆ ਅਲੀਆਤਾਂ ਦੇ ਨੋਟ ਮੈਂਦੇ ਨੂੰ ਰਿਆਸਤਾਂ ਦੇ ਮੁਖੀਆਂ ਦੁਆਰਾ ਨਾਮਜ਼ਦ ਕੀਤਾ ਜਾਣਾ ਸੀ ਆ ਦੇਖੋ ਜਿੱਥੇ ਤਾਂ ਬ੍ਰਿਟਿਸ਼ ਦਾ ਰਾਜ ਆ ਉੱਥੇ ਇੰਟਰੈਕਟ ਇਲੈਕਸ਼ਨ ਵਗੈਰਾ ਕਰਾ ਕੇ ਅਨ ਪ੍ਰੋਪੋਰਸ਼ਨਲ ਇਲੈਕਸ਼ਨ ਦੇ ਹਿਸਾਬ ਨਾਲ ਬੰਦੇ ਆਣੇ ਸੀ ਤਾਂ ਜਿੱਥੇ ਹੈਗੇ ਰਿਆਸਤਾਂ ਰਾਜੇ ਰਜਵਾੜੇ ਰਾਜ ਕਰਦੇ ਸੀ ਉੱਥੇ ਰਾਜਿਆਂ ਨੇ ਸਿੱਧਾ ਬਿਨਾਂ ਇਲੈਕਸ਼ਨ ਦੇ ਆਪਣੇ ਵੱਲੋਂ ਬੰਦਾ ਭੇਜ ਦੇਣਾ ਸੀ ਹਾਂ ਵੀ ਰਾਜੇ ਨੇ ਕਿਹਾ ਸੀ ਹਾਂ ਵੀ ਮੇਰੇ ਸਾਹਮਣੇ ਆ ਆ ਬੰਦਾ ਹੈ ਯੋਗ ਕਾਬਿਲ ਤਾਂ ਮੈਂ ਇਹਨੂੰ ਨਾਮਿਨੇਟ ਕਰਦਾ ਹਾਂ ਨਾਮਜ਼ਦ ਕਰਨਾ ਆ ਠੀਕ ਮਤਲਬ ਇਲੈਕਸ਼ਨ ਨਹੀਂ ਆ ਇੱਥੇ ਇੱਥੇ ਇਲੈਕਸ਼ਨ ਹੈਗੇ ਜਾਂ ਤਾਂ ਇੱਥੇ ਇਲੈਕਸ਼ਨ ਹੈ ਨਹੀਂਗੇ ਰਿਆਸਤਾਂ ਵਿੱਚ ਹੈ ਨਹੀਂਗੇ ਇਸ ਤਰ੍ਹਾਂ ਸੰਵਿਧਾਨ ਸਭਾ ਅਚਕ ਤੌਰ ਤੇ ਚੁਣੀ ਗਈ ਅਚਕ ਕਿਉਂ ਲਿਖਿਆ ਕਿਉਂਕਿ ਇਹ ਸਿੱਧੀ-ਸਿੱਧੀ ਸਾਰਿਆਂ ਦੁਆਰਾ ਚੁਣੀ ਨਹੀਂ ਗਈ ਸੀ ਸਿਰਫ ਚੁਣੇ ਹੋਏ ਬੰਦਿਆਂ ਦੁਆਰਾ ਚੁਣੀ ਗਈ ਸੀ ਤੇ ਚੁਣੇ ਹੋਏ ਬੰਦੇ ਵੀ ਆਪਣੇ ਸਾਰੇ ਬੰਦਿਆਂ ਦੁਆਰਾ ਚੋਣੇ ਕਹਿੰਦੀ ਆਂਦੇ ਸੀ ਤੁਹਾਨੂੰ ਪਤਾ ਕਿ ਉਸ ਵੇਲੇ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ ਇਸ ਲਈ ਸੰਵਿਧਾਨ ਸਭਾ ਅਚਕ ਤੌਰ ਤੇ ਚੁਣੀ ਗਈ ਅਤੇ ਕੁਝ ਹੱਦ ਤੱਕ ਨਾਮਜ਼ਦ ਸੰਤਾ ਹੋਣੀ ਸੀ ਨਾਮਜ਼ਦ ਕਿਉਂ ਕਿ ਰਾਜਸਤਾ ਨੇ ਆਪਣੇ ਬੰਦੇ ਨੋਮੀਨੇਟ ਕਰਨੇ ਸੀ ਇਹਦੇ ਵਿੱਚ ਠੀਕ ਹੈ ਜੀ ਨੋਮੀਨੇਟ ਮਤਲਬ ਨਾਮਜ਼ਦ ਅਤੇ ਮੈਂਬਰਾਂ ਦੀ ਚੋਣ ਸੂਬਾਈ ਅਸੈਂਬਲੀਆਂ ਦੇ ਮੈਂਬਰਾਂ ਦੁਆਰਾ ਅਸਿੱਧੇ ਤੌਰ ਤੇ ਕੀਤੀ ਜਾਣੀ ਸੀ ਜਿਹੜੇ ਸਟੇਟ ਲੈਵਲ ਦੇ ਪ੍ਰੋਵਿੰਸ਼ੀਅਲ ਲੈਵਲ ਦੇ ਜਿਨੇ ਹੋਏ ਬੰਦੇ ਆ ਉਹਨਾਂ ਨੇ ਇੰਡਾਇਰੈਕਟ ਇਲੈਕਸ਼ਨ ਨਾਲ ਕਰਨੀ ਸੀ ਠੀਕ ਹੈ ਜੀ ਇਹ ਮੈਂਬਰ ਖੁਦ ਸੀਮਿਤ ਫਰਾਂਚਾਈਜ਼ੀ ਤੇ ਚੁਣੇ ਗਏ ਸਨ ਤੇ ਇਹ ਵੀ ਗੱਲ ਆ ਜਿਨ੍ਹਾਂ ਨੇ ਵੋਟਾਂ ਦੇਣੀਆਂ ਸੀ ਐਮਐਲਏ ਵਗੈਰਾ ਉਸ ਟਾਈਮ ਦੇ ਉਹ ਉਹਨਾਂ ਨੂੰ ਕਿਹੜਾ ਕੋਈ ਸਾਰੇ ਜਨਤਾ ਨੇ ਵੋਟ ਪਾ ਕੇ ਚੁਣਿਆ ਸੀ ਅਸੀਂ ਪੜਿਆ ਕਿ ਸਿਰਫ 10% ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀਗਾ ਤੇ ਇਹ ਵੀ ਕੀ ਹੋ ਗਈ ਸੀਮਿਤ ਫਰਾਂਚਾਈਜ਼ੀ ਤੇ ਚੁਣੇ ਗਏ ਸੀ ਪਰ ਇਹ ਗੱਲ ਹੈ ਚਾਹੇ ਚਾਹੇ ਇਹ ਲੋਕ ਅਸਿੱਧੇ ਤੌਰ ਤੇ ਚੁਣੇ ਗਏ ਸੀ ਅਸੈਂਬਲੀ ਤੇ ਪਰ ਫਿਰ ਵੀ ਸੰਵਿਧਾਨ ਸਭਾ ਵਿੱਚ ਭਾਰਤੀ ਸਮਾਜ ਦੇ ਸਾਰੇ ਵਰਗਾਂ ਦੇ ਨੁਮਾਇੰਦੇ ਸ਼ਾਮਿਲ ਸਨ ਭਾਵੇਂ ਹਿੰਦੂ ਹੋਵੇ ਮੁਸਲਮਾਨ ਹੋਣ ਸਿੱਖ ਹੋਣ ਪਾਰਸੀ ਹੋਣ ਐਂਗਲੋ ਇੰਡੀਅਨ ਹੋਣ ਭਾਰਤੀ ਇਸਾਈ ਹੋਣ ਅਨੁਸੂਚਿਤ ਜਾਤੀਆਂ ਦੇ ਬੰਦੇ ਹੋਣ ਅਨੁਸੂਚਿਤ ਜਨ ਜਾਤੀਆਂ ਦੇ ਬੰਦੇ ਹੋਣ ਠੀਕ ਹੈ ਤੇ ਨਾਲ ਨਾਲ ਇਹਨਾਂ ਸਾਰੇ ਵਰਗਾਂ ਦੀਆਂ ਔਰਤਾਂ ਇਹ ਵੀ ਸਾਡੀ ਅਸੈਂਬਲੀ ਵਿੱਚ ਹੈਗੀਆਂ ਸੀ ਇਹ ਵੀ ਇੰਟਰਸਟਿੰਗ ਗੱਲ ਹੈ ਜੀ ਵਧੀਆ ਗੱਲ ਹੈ ਕਿ ਚਾਹੇ ਸਾਰਿਆਂ ਨੇ ਡਾਇਰੈਕਟ ਇਲੈਕਸ਼ਨ ਦੇ ਕੇ ਵੋਟ ਨਹੀਂ ਚ ਕੀਤਾ ਸੀ ਪਰ ਫਿਰ ਵੀ ਸਾਡੀ ਅਸੈਂਬਲੀ ਵਿੱਚ ਕਨਸਟੀਟਿਊਟ ਅਸੈਂਬਲੀ ਵਿੱਚ ਕਨਸਟੀਟਿਊਟ ਅਸੈਂਬਲੀ ਮਤਲਬ ਉਹ ਉਹ ਅਸੈਂਬਲੀ ਉਹ ਸਭਾ ਜਿਸ ਨੇ ਸੰਵਿਧਾਨ ਬਣਾਉਣਾ ਸੀ ਉਹਦੇ ਵਿੱਚ ਸਾਡੇ ਸਾਰੇ ਧਰਮਾਂ ਦੇ ਸਾਰੀ ਜਾਤਾਂ ਦੇ ਅਨੁਸੂਚਿਤ ਜਾਤੀਆਂ ਜਾਂ ਜਨਜਾਤੀਆਂ ਦੇ ਤੇ ਇ ਤੋਂ ਤਾਂ ਕਿ ਔਰਤਾਂ ਦੀ ਪ੍ਰਤੀਨਿਧਤਾ ਵੀ ਸਹੀ ਸਾਰੀਆਂ ਜਾਤੀਆਂ ਤਾਂ ਨਹੀਂ ਕਹਿ ਸਕਦੇ ਅਨੁਸੂਚਿਤ ਜਾਤੀਆਂ ਜਨਜਾਤੀਆਂ ਕਹਿ ਸਕਦੇ ਹਾਂ ਅੱਛਾ ਜੀ ਅਸੈਂਬਲੀ ਵਿੱਚ ਮਹਾਤਮਾ ગાંધી ਅਤੇ ਐਮ ਜਿੰਨਾ ਮੁਹੰਮਦ ਅਲੀ ਜਿੰਨਾ ਇਹਨਾਂ ਨੂੰ ਛੱਡ ਕੇ उस समय भारत दिन सारिया महत्वपूर्ण शख्सियत शामिल सन जो जो इंपोर्टेंट परसनैलिटी सी ना उस टाइम दू सार असैम्बली पर एम तो महात्मा गांधी एम तो मुहम्मद अली जिन्ना यह दो बंदे नहीं सविधान सभा के मैंबर ये प्रश्न पूछा जा सकता तो थानू पता होना चाहिए था कि महात्मा गांधी तो मुहम्मद अली गिन्ना कॉन्सटीट असैम्बली संविधान सभा के मैंबर नहीं सन बाकी इंपोर्टेंट इंपोर्टेंट बंद उस टाइम के सारे मैंबर से ਯਾਦ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸਿਆ ਹੈਮ ਤੋਂ ਮਹਾਤਮਾ ਗਾਂਧੀ ਐਮ ਤੋਂ ਮੁਹੰਮਦ ਅਲੀ ਜਨਾ ਇਹ ਕੀਆ ਕਨਸਟੀਟਿਊਟ ਅਸੈਂਬਲੀ ਦੇ ਮੈਂਬਰ ਨਹੀਂ ਸਨ ਅੱਗੇ ਪੜ੍ਹਦੇ ਹਾਂ ਜੀ ਸੰਵਿਧਾਨ ਦਾ ਕੰਮਕਾਜ ਹੁਣ ਸੰਵਿਧਾਨ ਸਭਾ ਬਣ ਗਈ ਸੰਵਿਧਾਨ ਸਭਾ ਨੇ ਕੀ ਕੀ ਕੰਮ ਕੀਤੇ ਉਹ ਦੇਖਦੇ ਹਾਂ ਜਦੋਂ ਤਾਂ ਬਣ ਗਈ ਜੀ ਸੰਵਿਧਾਨ ਸਭਾ ਉਸ ਵੇਲੇ ਫਿਰ ਕੀ ਕੀਤਾ ਮੁਸਲਿਮ ਲੀਗ ਨੇ ਮੀਟਿੰਗ ਦਾ ਬਾਈਕਾਟ ਕੀਤਾ ਮੀਟਿੰਗ ਵਿੱਚ ਆਏ ਨਹੀਂ ਮੁਸਲਿਮ ਲੀਗ ਦੇ ਮੈਂਬਰ ਆਏ ਨਹੀਂ ਮੀਟਿੰਗ ਅ ਵਿੱਚ ਅਤੇ ਪਾਕਿਸਤਾਨ ਦੇ ਬਖਰੇ ਰਾਜ ਦੀ ਆਪਣੀ ਮੰਗ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਸ ਤੇ ਜ਼ੋਰ ਦਿੱਤਾ ਕਿ ਸਾਨੂੰ ਬਖਰਾ ਪਾਕਿਸਤਾਨ ਬਣਾ ਦੋ। ਵਿਧਾਨ ਸਭਾ ਦੇ ਸਭ ਤੋਂ ਪੁਰਾਣੇ ਮੈਂਬਰ ਡਾਕਟਰ ਸਚੀਦਾ ਨੰਦ ਸਿਨਾ। ਪੁਰਾਣੇ ਦਾ ਮਤਲਬ ਤਾਂ ਨਹੀਂ ਕਹਾਂਗੇ ਇੱਥੇ ਆਪਾਂ ਕਹਾਂਗੇ 올ਡ। ਸਭ ਤੋਂ ਬਜ਼ੁਰਗ ਬੰਦੇ। ਸੰਵਿਧਾਨ ਸਭਾ ਦੇ ਸਭ ਤੋਂ ਇਹਦੇ ਬਜ਼ੁਰਗ ਬੰਦੇ ਸੀ ਨਾ। ਬਜ਼ੁਰਗ। ਜਿੰਨਾ ਦੀ ਪਰ ਸਭ ਤੋਂ ਜ਼ਿਆਦਾ ਸੀ। ਦੇਖੋ ਜਦੋਂ ਵੀ ਇਹਨਾਂ ਕਨਵੈਨਸ਼ਨਾਂ ਹੁੰਦੀਆਂ ਆ। ਕੀ ਆਮ ਇੱਕ ਅੰਡਰਸਟੈਂਡਿੰਗ ਆ ਕਿ ਜਦੋਂ ਮੀਟਿੰਗ ਹੋਣ ਲੱਗਦੀ ਆ ਜੇ ਤੁਸੀਂ ਆਪਣਾ ਪ੍ਰਧਾਨ ਹਲੇ ਨਹੀਂ ਚੁਣਿਆ ਕੌਣ ਪ੍ਰੈਜ਼ਾਈਡ ਕਰੇਗਾ ਤੇ ਤੁਸੀਂ ਨਾ ਸਭ ਤੋਂ ਵੱਡੀ ਉਮਰ ਦੇ ਬੰਦੇ ਨੂੰ ਕਹੋ ਕਿ ਆਓ ਆ ਕੇ ਸਾਡੇ ਦੁਕੋ ਸਮੇ ਲਈ ਪ੍ਰਧਾਨ ਬਣੋ ਤੇ ਸਾਡੇ ਵਿੱਚੋਂ ਪ੍ਰਧਾਨ ਚੁਣੋ ਅਫੀਸ਼ੀਅਲ ਰੂਪ ਵਿੱਚ ਤੇ ਜਦੋਂ ਵਿਧਾਨ ਸਭਾ ਬਣ ਗਈ ਸੰਵਿਧਾਨ ਸਭਾ ਬਣ ਗਈ ਤਾਂ ਉਸਦੇ ਸਭ ਤੋਂ ਬਜ਼ੁਰਗ ਮੈਂਬਰ ਡਾਕਟਰ ਸਚੀਦਾਨੰਦ सिन्हा ਡਾਕਟਰ ਸਚੀਦਾਨੰਦ सिन्हा ਠੀਕ ਹੈ ਨੂੰ ਅਸੈਂਬਲੀ ਦਾ ਆ ਸਥਾਈ ਪ੍ਰਧਾਨ ਚੁਣਿਆ ਗਿਆ ਮਜੂਰਕ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ ਤੇ ਟੈਂਪਰੇਰੀ ਰੂਪ ਵਿੱਚ ਸਾਡੇ ਪ੍ਰਧਾਨ ਬਣਾਓ ਫਿਰ ਦੋ ਦਿਨਾਂ ਬਾਅਦ ਹੀ ਉਹਨਾਂ ਨੇ ਆਪਣਾ ਪ੍ਰਧਾਨ ਨਵਾਂ ਚੁਣ ਲਿਆ ਸੀ ਦੋ ਦਿਨਾਂ ਦੇ ਅੰਦਰ ਅੰਦਰ ਹੀ ਤਾਂ ਫਿਰ ਡਾਕਟਰ ਰਜਿੰਦਰ ਪ੍ਰਸ਼ਾਦ ਅਤੇ ਐਸ ਐਚ ਸੀ ਮੁਖਰਜੀ ਇੱਕ ਰੰਮਾਰ ਅਸੈਂਬਲੀ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਚੁਣੇ ਗਏ ਆਫੀਸ਼ੀਅਲ ਰੂਪ ਵਿੱਚ ਪਹਿਲੇ ਕੌਣ ਪ੍ਰਧਾਨ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਅਸੈਂਬਲੀ ਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸ਼ਾਦ ਤੇ ਮੁਖ ਤੇ ਉਪ ਉਪ ਪ੍ਰਧਾਨ ਕੌਣ ਸੀ ਐਚ ਸੀ ਮੁਖਰਜੀ ਇਹ ਗੱਲ ਹੋ ਗਈ ਇਹ ਇਹ ਗੱਲ ਯਾਦ ਰੱਖਣੀ ਹੈ ਠੀਕ ਡਾਕਟਰ ਸਚਿਦਾਨੰਦ ਸਿਨਹਾ ਅੱਛਾ ਜੀ ਸਰ ਬੀ ਐਨ ਰਾਓ ਨੂੰ ਅਸੈਂਬਲੀ ਦਾ ਸੰਵਿਧਾਨਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਕਨਸਟੀਟਿਊਸ਼ਨਲ ਐਡਵਾਈਜ਼ਰ ਸंवैधानिक सलाहकार एक इन्हानू किन्हानू नियुक्त ਕੀਤਾ ਗਿਆ ਸਰ بی એન राव ਨੂੰ ਇਹ ਵੀ ਨਾਮ ਇੰਪੋਰਟੈਂਟ ਹੋ ਗਿਆ ਅੱਗੇ ਹੈ ਜੀ ਉਦੇਸ਼ ਰੈਜ਼ੋਲੂਸ਼ਨ ਆਬਜੈਕਟਿਵ ਰੈਜ਼ੋਲੂਸ਼ਨ ਹੁਣ ਜਦੋਂ ਸੰਵਿਧਾਨ ਸਭਾ ਬਣ ਗਈ ਨਾ ਫਿਰ ਆਪਣੇ ਪੰਡਤ ਨਹਿਰੂ ਨੇ ਕੀ ਕੀਤਾ ਸੀ ਇੱਕ ਆਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤਾ ਸੀ ਵੀ ਸਾਡਾ ਜਿਹੜਾ ਸੰਵਿਧਾਨ ਅਸੀਂ ਬਣਾਣ ਜਾ ਰਹੇ ਆ ਜਾ ਰਹੇ ਆ ਉਹਦਾ ਆਹਾ ਆਹਾ ਉਦੇਸ਼ ਹੋਏਗਾ ਠੀਕ 13 ਦਸੰਬਰ ਉਨੇ ਸੋਸ਼ੀਅਲ ਨੂੰ ਅਸੈਂਬਲੀ ਵਿੱਚ ਇਤਿਹਾਸਿਕ ਉਦੇਸ਼ ਸੰਕਲਪ ਪੇਸ਼ ਕੀਤਾ ਗਿਆ ਓਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤਾ ਗਿਆ ਵੀ ਆਹਾ ਹਾ ਅਸੀਂ ਸਾਡਾ ਉਦੇਸ਼ ਆ ਅਸੈਂਬਲੀ ਵਿੱਚ ਇਹ ਪੇਸ਼ਕਨ ਕੀਤਾ ਜਵਾਹਰ ਲਾਲ ਨਹਿਰੂ ਦੁਆਰਾ ਠੀਕ ਹੈ ਜੀ ਕਦੋਂ ਕੀਤਾ ਅਸੈਂਬਲੀ ਬਣਨ ਤੋਂ ਕੁਝ ਸਮੇਂ ਬਾਅਦ ਹੀ ਇਸ ਨੇ ਸੰਵਿਧਾਨਿਕ ਢਾਂਚੇ ਤੇ ਮੂਲ ਸਿਧਾਂਤਾਂ ਨੂੰ ਅਤੇ ਦਰਸ਼ਨਾਂ ਨੂੰ ਦਰਸਾਇਆ ਇਦੇ ਵਿੱਚ ਕੀ ਸੀ ਵੀ ਸਾਡੇ ਕੀ ਫੰਡਾਮੈਂਟਲਸ ਹੋਣਗੇ ਜੋ ਅਸੀਂ ਸੰਵਿਧਾਨ ਬਣਾਣਾ ਰਹੇ ਹਾਂ ਉਹਦੇ ਮੂਲ ਸਿਧਾਂਤ ਕੀ ਹੋਣਗੇ ਤੇ ਉਹਦੀ ਫਿਲਾਸਫੀ ਕੀ ਹੋਏਗੀ ਦਰਸ਼ਨ ਕੀ ਹੋਏਗਾ ਜਿਸ ਤੇ ਬੀਸ ਤੇ ਅਸੀਂ ਸੰਵਿਧਾਨ ਬਣਾਣਾ ਹੈ ਉਹਦੇ ਵਿੱਚ ਇਹ ਗੱਲਾਂ ਆਬਜੈਕਟਿਵ ਰੈਜ਼ੋਲੂਸ਼ਨ ਵਿੱਚ ਲਿਖੀਆਂ ਗਈਆਂ ਸੀ ਉਦੇਸ਼ ਸੰਕਲਪ ਦਾ ਸੋਧਿਆ ਹੋਇਆ ਸੰਸਕਰਣ ਇਸ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਥੋੜਾ ਰਿਫਾਰਮ ਕਰਕੇ ਬਾਅਦ ਵਿੱਚ ਮੌਜੂਦਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਬਣ ਗਈ ਜਾਂ ਆਬਜੈਕਟਿਵ ਰੈਜ਼ੋਲੂਸ਼ਨ ਦਾ ਸੋਧਿਆ ਹੋਇਆ ਸੰਸਕਰਣ ਮੌਜੂਦਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਬਣਦੀ ਹੈ ਜਿਹੜੀ ਅੱਜ ਦੇ ਅਸੀਂ ਸੰਵਿਧਾਨ ਪੜਾਂਗੇ ਉਹਦਾ ਪਹਿਲੇ ਸਫ਼ੇ ਤੇ ਹੀ ਸ਼ੁਰੂਆਤ ਵਿੱਚ ਪ੍ਰੀਅੰਬਲ ਹੁੰਦਾ ਜੀ ਪ੍ਰੀਅੰਬਲ ਪ੍ਰਸਤਾਵਨਾ ਇਹ ਅਸੀਂ ਪੜਾਂਗੇ ਅੱਗੇ ਜਾ ਕੇ ਇਹ ਪ੍ਰੀਅੰਬਲ ਦਾ ਬੇਸ ਇਹੀ ਆਬਜੈਕਟਿਵ ਰੈਜ਼ੋਲੂਸ਼ਨ ਸੀ ਇਹ ਤੁਸੀਂ ਯਾਦ ਰੱਖਣਾ ਅੱਗੇ ਹੋਰ ਪੜ੍ਹ ਲੈਂਦੇ ਜੀ ਇਸ ਤੋਂ ਪਹਿਲਾਂ ਰਿਆਸਤਾਂ ਦੇ ਨੁਮਾਇੰਦੇ ਸੰਵਿਧਾਨ ਸਭਾ ਤੋਂ ਦੂਰ ਰਹੇ ਸਨ ਜਿਹੜੇ ਤਾਂ ਰਿਪਰੈਜ਼ੈਂਟੇਟਿਵ ਸੀਨ ਦਾ ਪ੍ਰਿੰਸਲੀ ਸਟੇਟਸ ਤੇ ਰਿਆਸਤਾਂ ਦੇ ਨੁਮਾਇੰਦੇ ਉਹਨਾਂ ਨੇ ਸੰਵਿਧਾਨ ਸਭਾ ਨੂੰ ਜੁਆਇਨ ਨਹੀਂ ਸੀ ਕੀਤਾ ਪਰ ਉਹ ਹੌਲੀ-ਹੌਲੀ ਇਸ ਵਿੱਚ ਸ਼ਾਮਲ ਹੋ ਗਏ ਸਨ ਉਹਨਾਂ ਨੇ ਵੀ ਸੰਵਿਧਾਨ ਸਭਾ ਜੁਆਇਨ ਕਰ ਲਈ ਠੀਕ ਹੈ ਜੀ ਮੁਸਲਿਮ ਲੀਗ ਦੇ ਮੈਂਬਰ ਜੋ ਭਾਰਤੀ ਡੋਮੇਨੀਅਨ ਨਾਲ ਸੰਬੰਧਿਤ ਸਨ ਉਹ ਵੀ ਅਸੈਂਬਲੀ ਵਿੱਚ ਦਾਖਲ ਹੋ ਗਏ ਮੁਸਲਿਮ ਲੀਗ ਦੇ ਉਹ ਮੈਂਬਰ ਜਿਹੜੇ ਇੰਡੀਆ ਦੇ ਏਰੀਆ ਵਿੱਚ ਆਉਂਦੇ ਸੀ ਭਾਰਤੀ ਡੋਮੀਨੀਅਨ ਨਾਲ ਸੰਬੰਧਿਤ ਸੀ ਉਹਨਾਂ ਨੇ ਵੀ ਅਸੈਂਬਲੀ ਜੁਆਇਨ ਕਰ ਲਈ ਠੀਕ ਹੈ ਜੀ ਇਸ ਤੋਂ ਅੱਗੇ ਅਸੀਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ ਅੱਜ ਲਈ ਇੰਨਾ ਹੀ ਰੱਖਦੇ ਹਾਂ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ